ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਗੁਰਦੇਵ, ਜੈ ਭੀਮ। ਮੰਚ ਤੇ ਬੈਠੇ ਸਾਡੇ ਸਮਾਜ ਦੀ ਸਿਰਜਣਾ ਕਰਨ ਵਾਲੇ, ਸਮਾਜ ਦੇ ਮਾਲੀ ਸੰਤ, ਸਮਾਜ ਚੇਅਰਮੈਨ ਸ਼੍ਰੀ ਮਨ ਸੰਤ ਬਾਬਾ ਮਹਿੰਦਰ ਪਾਲ ਜੀ ਪੰਡਵਾ ਦੀ ਰਹਿਨਮਾਈ ਤੇ ਜਸੇ ਪਹਿਲਣ ਦੀ ਰਹਿਨਮਾਈ ਹੇਠ ਇਹ ਹੋ ਰਿਹਾ, ਜਿਹੜਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਹੋ ਰਹੀ ਹੈ। ਮੈਂ ਪਹਿਲਾਂ ਸੰਤ ਸਮਾਜ ਦਾ ਤੇ ਧੰਨਵਾਦ ਕਰਦਾ। ਬੇਨਤੀ ਹੈ ਸਾਰਿਆਂ ਨੂੰ, ਇਹ ਮੁੱਦਾ ਕੋਈ ਐਵੇਂ ਚੱਕਰ ਰੱਖੜੋ ਵਾਲਾ ਮੁੱਦਾ ਨਹੀਂ ਹੈ, ਬਹੁਤ ਸੰਵੇਦਨਸ਼ੀਲ ਮੁੱਦਾ ਹੈ ਔਰ ਬੜਾ ਠਰਮੇ ਨਾਲ ਵਿਚਾਰਨ ਵਾਲਾ ਹੈ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਛੱਤ ਦੇ ਅੰਦਰ ਬੈਠ ਕੇ ਇਸ ਗੱਲ ਤੇ ਤਰਕ ਕਰ ਰਹੇ ਹੋ, ਤਕਰਾਰ ਨਹੀਂ ਕਰ ਰਹੇ, ਤੁਸੀਂ ਵਧਾਈ ਦੇ ਪਾਤਰ ਹੋ, ਧੰਨਵਾਦ ਤੁਹਾਡਾ। ਮੈਂ ਮੁੱਦੇ ਤੇ ਆਵਾਂ। ਧੰਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ, ਜਿਨ੍ਹਾਂ ਨੂੰ ਰਾਜਗੁਰੂ, ਜਗਤ ਗੁਰੂ, ਗੁਰੂਆਂ ਦੇ ਗੁਰੂ ਕਿਹਾ ਗਿਆ। ਕੱਲਾ ਮੈਂ ਨਹੀਂ ਕਹਿੰਦਾ, ਪੰਜਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੇਰੇ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਨੂੰ ਠਾਕਰ ਤੋਂ ਭਾਵ ਦੋ ਤਰ੍ਹਾਂ ਠਾਕਰ ਆਉਂਦਾ ਜੀ ਗੁਰਬਾਣੀ 'ਚ, ਧਿਆਨ ਕਰਿਓ। ਇੱਕ ਠਾਕਰ ਠੱਠੇ ਨੂੰ ਕੰਨਾ ਕੱਕਾ ਮੁਕਤਾਂ ਦਾ ਰਾਰਾ ਠਾਕਰ, ਜੇ ਇੱਦਾਂ ਆ ਜਾਵੇ ਭਾਵ ਕਿਸੇ ਜਾਤੀ ਵਾਚਕ ਬੰਦੇ ਦਾ ਨਾਮ ਹੈ, ਜੇ ਠੱਠੇ ਨੂੰ ਕੰਨਾ ਕੱਕੇ ਨੂੰ ਔਂਕਰ ਰਾਰਾ ਠਾਕਰ ਆ ਜਾਵੇ ਭਾਵ ਰੱਬ। ਪੰਜਵੇਂ ਪਾਤਸ਼ਾਹ ਨੇ ਮੋਹਰ ਲਾਈ ਕਿ ਰਵਿਦਾਸ ਠਾਕਰ ਬਣਾਈ, ਭਗਤ ਤੇ ਗੁਰੂ ਦਾ ਮੁੱਦਾ ਪਿੱਛੇ ਰਹਿ ਗਿਆ। ਪੰਜਵੇਂ ਗੁਰੂ ਨੇ ਮੇਰੇ ਗੁਰੂ ਨੂੰ ਰੱਬ ਕਿਹਾ, ਰੱਬ। ਹੁਣ ਦੂਜੀ ਗੱਲ, ਭਗਤ ਕਹੀਏ ਕਿ ਗੁਰੂ, ਇਹ ਸਾਨੂੰ ਦੱਸਣਾ ਨਹੀਂ ਕਿਸੇ ਨੇ, ਇੰਨੀ ਕੁ ਮਤ ਸਾਨੂੰ ਹੈਗੀ ਹੈ ਵੀ ਅਸੀਂ ਕੀ ਕਹਿਣਾ। ਦੂਜੀ ਗੱਲ ਧਿਆਨ ਨਾਲ ਸੁਣ ਲਿਓ, ਨਾ ਤਾਂ ਭਗਤ ਛੋਟਾ ਹੈ, ਨਾ ਗੁਰੂ ਬੜਾ ਹੈ। ਭਗਤ ਛੋਟਾ ਨਹੀਂ ਸ਼ਬਦ, ਗੁਰੂ ਵੱਡਾ ਨਹੀਂ ਸ਼ਬਦ। ਉਦੋਂ ਜਦੋਂ ਬਾਣੀ ਟਕਾ ਕੇ ਲਿਖੀ, ਮੇਰੇ ਪੰਚਮ ਪਾਤਸ਼ਾਹ ਦਾ ਧੰਨਵਾਦ ਕਰਦਾ ਮੈਂ, ਗੁਰੂ ਅਰਜਨ ਦੇਵ ਜੀ ਦਾ, ਉਹਨਾਂ ਨੇ ਬਾਣੀ ਦਰਜ ਕੀਤੀ, ਸਾਨੂੰ ਮਾਣ ਮਿਲਿਆ, ਰੁਤਬਾ ਮਿਲਿਆ। ਹੁਣ ਬਾਣੀ 'ਚ ਲਿਖਿਆ ਭਗਤ, ਉਹ ਭਗਤ ਪਿਆਰਿਓ ਸਾਡੇ ਨਹੀਂ ਹੈਣ, ਭਗਤ ਰੱਬ ਦੇ ਨੇ, ਅਕਾਲ ਪੁਰਖ ਦੇ ਭਗਤ ਹੈ। ਔਰ ਦੂਜੀ ਗੱਲ, ਜਿੱਥੋਂ ਇਹ ਹੁਕਮਨਾਮਾ ਜਾਰੀ ਹੋਇਆ, ਪਹਿਲਾਂ ਸਮਝ ਲਓ ਕਿ ਹੁਕਮਨਾਮਾ ਕੀ ਹੈ। ਇਹ ਹੁਕਮਨਾਮਾ ਅਕਾਲ ਤਖ਼ਤ ਤੋਂ ਨਹੀਂ ਜਾਰੀ ਹੋਇਆ, ਅਕਾਲ ਤਖ਼ਤ ਸਾਡੀ ਸਿਰਮੌਰ ਸੰਸਥਾ ਹੈ, ਅਕਾਲ ਤਖ਼ਤ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ, ਅਕਾਲ ਤਖ਼ਤ ਸਾਡਾ ਹੈ। ਸਾਡੇ ਬਜ਼ੁਰਗਾਂ ਨੇ ਕਲਗੀ ਲਈ ਤਾਂ ਸੀਸ ਵੱਟੇ, ਮੇਰੇ ਗੁਰੂ ਕਲਗੀ ਧਰਨੇ ਚਮਕੌਰ ਦੀ ਕੱਚੀ ਗੜੀ 'ਚ, ਉਹ ਕਲਗੀ ਫਰੀ ਨਹੀਂ ਮਿਲੀ, ਮੁਫਤ ਨਹੀਂ ਮਿਲੀ, ਧੰਨ ਬਾਬਾ ਸੰਗਤ ਸਿੰਘ ਨੇ ਸੀਸ ਭੇਟ ਕੀਤਾ, ਤਾਂ ਅਸੀਂ ਇੱਥੇ ਪਹੁੰਚੇ ਹਾਂ। ਇਹਨਾਂ ਨੀਹਾਂ ਦੇ ਵਿੱਚ, ਸਿੱਖੀ ਦੇ ਨੀਹਾਂ ਵਿੱਚ ਸਾਡੇ ਸਿਰ ਨੇ, ਸਾਡੇ ਸ਼ਹੀਦਾਂ ਦੇ, ਸਾਡੀ ਹੱਡੀਆਂ, ਸਾਡੀ ਮਿੱਝ ਹੈ। ਸੋ ਬੇਨਤੀ ਸਰਵਣ ਕਰਿਓ, ਇਹ ਜਿਹੜਾ ਹੁਕਮਨਾਮਾ ਜਾਰੀ ਹੋਇਆ, ਇਹ ਗੁਰੂ ਰਾਮਦਾਸ ਦਾ ਘਰ, ਜਿਹਨੂੰ ਸਿੱਖੀ ਦਾ ਕੇਂਦਰ ਕਿਹਾ ਜਾਂਦਾ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਜਾਰੀ ਕੀਤਾ। ਕੀ ਕੀਤਾ ਉਹ ਕਹਿੰਦਾ, ਇੱਕ ਜਿਹੜੇ ਆਪ ਜੀ ਜਾਂਦੇ ਹੋ ਹਰਿਮੰਦਰ ਸਾਹਿਬ, ਆਪ ਜੀ ਨੂੰ ਪਤਾ ਹੋਵੇਗਾ, ਜਦੋਂ ਇੱਧਰ ਖੱਬੇ ਪਾਸੇ ਪ੍ਰਦਕਸ਼ਣਾ ਤੋਂ ਬਾਹਰਲੇ ਪਾਸੇ ਇੱਕ ਮੰਜੀ ਸਾਹਿਬ ਹਾਲ ਹੈ, ਉਸ ਮੰਜੀ ਸਾਹਿਬ ਵਿੱਚ ਇੱਦਾਂ ਦਾ ਹਾਲ ਬਣਿਆ ਹੋਇਆ ਹੈ ਜਿੱਥੇ ਕਥਾ ਵਿਚਾਰਾਂ ਹੁੰਦੀਆਂ ਨੇ, ਜਿੱਥੇ ਕੀਰਤਨ ਹੁੰਦਾ ਹੈ, ਕਿਉਂਕਿ ਹਰਿਮੰਦਰ ਸਾਹਿਬ ਜਿੱਥੇ ਗੁਰੂ ਦਾ ਮੇਨ ਪ੍ਰਮੁੱਖ ਘਰ ਹੈ, ਉੱਥੇ ਕਥਾ ਵਿਚਾਰ ਨਹੀਂ ਹੋ ਸਕਦੀ। ਉਹ ਮੰਜੀ ਸਾਹਿਬ ਵਿੱਚ ਬੈਠ ਕੇ ਕਥਾ ਕੀਰਤਨ ਹੁੰਦੇ ਨੇ, ਉਹਦਾ ਨਾਮ ਹੈ ਮੰਜੀ ਸਾਹਿਬ ਦੀਵਾਨ ਹਾਲ। ਉਸ ਮੰਜੀ ਸਾਹਿਬ ਦੀਵਾਨ ਹਾਲ ਲਈ ਹੁਕਮਨਾਮਾ ਜਾਰੀ ਹੋਇਆ ਕਿ ਇਸ ਮੰਜੀ ਸਾਹਿਬ ਵਿੱਚ 11 ਭੱਟਾਂ ਨੂੰ ਭੱਟ ਕਹੋ ਭਾਈ, ਬਾਬਾ ਜਾਂ ਮਹਾਰਾਜ ਨਾ ਕਹੋ, 15 ਭਗਤਾਂ ਨੂੰ ਭਗਤ ਕਹੋ, ਬਾਬਾ ਜਾਂ ਮਹਾਰਾਜ ਨਾ ਕਹੋ ਭਾਈ। ਹੁਕਮਨਾਮਾ ਇਹ ਹੈ।
ਅਸੀਂ ਜਲਦਾਗ ਤੋਂ ਲਾਪਣੇ ਤੇ ਨਹੀਂ ਸੁੱਟਣਾ, ਸਾਡਾ ਗੁਰੂ ਰਵਿਦਾਸ ਮਹਾਰਾਜ ਗੁਰੂ ਹੈ ਤੇ ਗੁਰੂ ਰਹਿਣਗੇ, ਦੱਸਣ ਦੀ ਲੋੜ ਨਹੀਂ, ਨਾ ਸਾਨੂੰ ਸਿੱਖਣ ਦੀ ਲੋੜ ਹੈ। ਹੁਣ ਹੱਥ ਜੋੜ ਕੇ ਬੇਨਤੀ ਹੈ, ਇਹ ਸਾਡਾ ਪ੍ਰਦਰਸ਼ਨ ਇੱਦਾਂ ਦਾ ਹੋਵੇ, ਬਾਕੀ ਦੂਜੇ ਕਹਿਣ ਪਏ ਗੁਰੂ ਦੇ ਸਿੱਖ ਹੈ, ਇਹਨਾਂ ਨੂੰ ਤਹਿਜੀਬ ਹੈ, ਇਹਨਾਂ ਨੂੰ ਅਕਲ ਹੈ। ਮੈਂ ਦੋ ਤਿੰਨ ਮਿੰਟ 'ਚ ਆਪਣੀ ਸਮਾਪਤੀ ਕਰ ਜਾਣੀ, ਬਹੁਤ ਬੁਲਾਰਿਆਂ ਨੇ ਬੋਲਣਾ। ਹੁਣ ਜਿਹੜੀ ਬਾਣੀ ਹੈ ਪਿਆਰਿਓ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਅਤੇ ਛੇ ਗੁਰੂਆਂ ਦੀ ਬਾਣੀ। ਅਤੇ ਜੇ ਆਪਾਂ ਕਹੀਏ ਵੀ ਗੁਰੂ ਅਰਦਾਸ ਗੁਰੂ ਨਹੀਂ, ਤਾਂ ਫਿਰ ਛੇ ਗੁਰੂਆਂ ਨੂੰ ਵੀ ਕਿਤੇ ਮਾਫ਼ ਕਰਨਾ, ਗੁਰੂ ਨਹੀਂ ਲਿਖਿਆ ਹੋਇਆ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਅਸੀਂ ਕਹਿੰਦੇ ਗੁਰੂ ਕਿਉਂ ਕਹਿੰਦੇ? ਚੁੱਪ ਦਾ ਦਾਨ ਬਖਸ਼ੋ, ਬਸ ਦੋ ਮਿੰਟ ਮੈਂ ਸਮਾਪਤੀ ਕਰ ਜਾਣੀ। ਕਿਉਂ ਕਹਿੰਦੇ ਗੁਰੂ? ਕਿਉਂਕਿ ਸਾਨੂੰ ਸਤਿਕਾਰ ਕਰਨਾ ਆਉਂਦਾ, ਅਸੀਂ ਸਤਿਕਾਰ ਕਰਦੇ ਅਤੇ ਕਰਦੇ ਰਹਾਂਗੇ। ਦੂਜੀ ਗੱਲ ਨੋਟ ਕਰਿਓ, ਜਪਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈ। ਡੰਕ ਦੀ ਚੋਟ 'ਤੇ ਗੱਲ ਕਹਿ ਰਿਹਾ, ਸੋਸ਼ਲ ਮੀਡੀਆ 'ਤੇ ਗੱਲ ਜਾ ਰਹੀ, ਜਪਜੀ ਸਾਹਿਬ ਨਾਂ ਦੀ ਬਾਣੀ ਕੋਈ ਵੀ ਦਰਜ ਨਹੀਂ ਹੈ। ਬਾਣੀ ਦਾ ਨਾਮ ਹੈ ਜਪ, ਬਾਣੀ ਦਾ ਨਾਮ ਜਪ ਹੈ। ਜੀ ਅਤੇ ਸਾਹਿਬ ਅਸੀਂ ਕੋਲੋਂ ਆਇਆ, ਕਾਹਦੇ ਖਾਤਰ? ਸਤਿਕਾਰ ਕਰਨ ਲਈ। ਅਸੀਂ ਬਾਣੀ ਨੂੰ ਵੀ ਕਹਿੰਦੇ ਹਾਂ ਜਪਜੀ ਸਾਹਿਬ, ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਪਿਆਰ ਕਰਦੇ ਹਾਂ, ਅਸੀਂ ਭੱਜਣ ਵਾਲੇ ਨਹੀਂ, ਅਸੀਂ ਖੜਨ ਵਾਲੇ ਹਾਂ। ਮੈਂ ਫਿਰ ਤੋਂ ਬੇਨਤੀ ਕਰ ਦੇਵਾਂ, ਸਤਿਕਾਰ 'ਚ ਅਸੀਂ ਕਹਿੰਦੇ ਹਾਂ ਜਪਜੀ ਸਾਹਿਬ, ਬਾਣੀ ਮਹੱਲਿਆਂ 'ਚ ਹੈ, ਅਸੀਂ ਗੁਰੂ ਸਾਹਿਬਾਨ ਕਰਕੇ ਸੰਬੋਧਨ ਕਰਦੇ ਹਾਂ ਜਿੱਥੇ ਸਾਡੀ ਬਾਣੀ ਆਉਂਦੀ। ਬਾਣੀ ਭਗਤ ਰਵਿਦਾਸ ਜੀ, ਉਹ ਕੀ ਮੈਨੂੰ ਤਾਂ ਮਾਣ ਹੁੰਦਾ, ਮੈਂ ਆਪਣੀ ਅੱਖ ਨਾਲ, ਮੇਰੀ ਅੱਖ ਨਾਲ ਦੇਖੋ, ਮੈਨੂੰ ਮਾਣ ਹੁੰਦਾ। ਜੇ ਭਲਾ ਦਰਜੀ ਨਾ ਕਰਦੇ ਪੰਜਵੇਂ ਪਾਤਸ਼ਾਹ ਬਾਣੀ, ਫਿਰ ਗੁਰੂ ਕਿੱਥੇ ਲੱਭਦੇ? ਟੱਕਰਾਂ ਨਾ ਖਾਂਦੇ। ਦੂਜੀ ਗੱਲ, ਸਾਡੇ ਗੁਰੂ ਰਵਿਦਾਸ ਮਹਾਰਾਜ ਗੁਰੂ ਹੈਣ, ਗੁਰੂ ਰਹਿਣਗੇ। ਅਗਲੀ ਗੱਲ, ਅਕਾਲ ਤਖ਼ਤ ਨਾਲ ਸਾਡਾ ਕੋਈ ਵੈਰ ਨਹੀਂ, ਗੁਰੂ ਰਾਮਦਾਸ ਦੇ ਦਰ ਨਾਲ ਸਾਡਾ ਕੋਈ ਵੈਰ ਨਹੀਂ। ਹਾਂ, ਜਿਹੜੇ ਲੋਕ ਕੁਝ ਕਾਬਜ਼ ਨੇ, ਗਲਤ ਤਰ੍ਹਾਂ ਦੇ ਜਿਹੜੇ ਉੱਥੋਂ ਹੁਕਮਨਾਮੇ ਜਾਰੀ, ਤੁਗਲਕੀ ਫਰਮਾਨ ਜਾਰੀ ਹੁੰਦੇ ਨੇ, ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹਾਂ, ਇਹ ਪੱਕੀ ਗੱਲ ਹੈ। ਪਰ ਮੇਰੀ ਬੇਨਤੀ ਹੈ ਤੁਹਾਨੂੰ, ਇਹ ਜਿਹੜੀ ਬਾਣੀ ਹੈ, ਇਹਨੂੰ ਵਾਹੋ ਵਾਹੋ ਬਾਣੀ ਨਿਰੰਕਾਰ ਕਿਹਾ ਗਿਆ ਕਿ ਬਾਣੀ ਗੁਰੂ ਹੈ। ਜੇ ਬਾਣੀ ਗੁਰੂ ਹੈ ਤਾਂ ਬਾਣੀ ਨੂੰ ਰਚਣ ਵਾਲਾ ਭਗਤ ਨਹੀਂ ਰਹਿ ਗਿਆ, ਉਹ ਤਾਂ ਪਹਿਲਾ ਗੁਰੂ ਬਣ ਗਿਆ। ਮੋਟੀ ਗੱਲ, ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ, ਨਾ ਕਿ ਕਿਹਾ ਕਿ ਛੇ ਗੁਰੂ ਗੁਰੂ ਹੈ, ਨਾ, ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਗੁਰਬਾਣੀ ਦਾ ਅੱਖਰ ਅੱਖਰ ਗੁਰੂ ਹੈ। ਤੋ ਧੰਨ ਗੁਰੂ ਅਰਦਾਸ ਪਾਤਸ਼ਾਹ ਗੁਰੂ ਨੇ। ਮੈਂ ਬੇਨਤੀ ਕਰਾਂ, ਜੇ ਸੋਚਦੇ ਤੁਸੀਂ ਇੱਕ ਵਾਰ 'ਚ ਇਹਦਾ ਹੱਲ ਨਿਕਲ ਜਾਣਾ, ਨਹੀਂ, ਅਸੀਂ ਤਾਂ ਮੰਨੇ ਲਿਆ ਦਾ ਗੁਰੂ ਹੈ, ਜਗਤ ਗੁਰੂ ਹੈ। ਜੇ ਉਹਨਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਤਾਂ ਥਰਮਾ ਰੱਖਿਓ, ਪਿਆਰ ਰੱਖਿਓ, ਸਤਿਕਾਰ ਰੱਖਿਓ। ਬੁੱਧੀਜੀਵ ਜਿਹੜੇ ਵਰਗਾਂ ਨਾਲ ਲੈ ਕੇ ਸਲਾਹ ਮਸ਼ਵਰਾ ਚੱਲਦਾ ਰਹੇ, ਥੋੜ੍ਹਾ ਲੰਬਾ ਜਾ ਸਕਦਾ ਹੈ ਵਿਸ਼ਾ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਸਾਰਿਆਂ ਨਾਲ ਜੁੜਨਾ। ਔਰ ਇਸ ਭਗਤ ਔਰ ਗੁਰੂ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤਪ ਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਵੱਲੋਂ ਭਗਤ ਔਰ ਗੁਰੂ ਦੇ ਵਿਸ਼ੇ ਨੂੰ ਲੈ ਕੇ ਪੂਰੇ ਭਾਰਤ 'ਚ ਅੰਦਰ ਕੋਈ ਤਕਰਾਰ ਵਾਲਾ ਅੰਦੋਲਨ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਭ ਦਿੱਤਾ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਅਸੀਂ ਇਹ ਮੁਜ਼ਾਹਰਾ ਕਰੀਏ ਤਾਂ ਸਾਡੇ ਅੰਦਰ ਵਿਵੇਕ ਹੈਗਾ ਹੈ, ਸਾਧ ਸੰਗਤ ਮਿਲ ਰਹੀ ਹੈ। ਮਾਧੋ ਜੈਸੇ ਮਧੁ ਫਕੀਰਾ, ਫਿਰ ਤੋਂ ਬੇਨਤੀ ਹੈ, ਅਕਾਲ ਤਖ਼ਤ ਸਾਡਾ ਆਪਣਾ ਹੈ। ਇੱਕ ਮੈਂ ਗੱਲ ਕਰਕੇ ਖਿਵੰਦ ਜਾਚਕ ਹੋ ਜਾਣਾ, ਕਿਉਂ ਆਉਂਦੇ ਹੁਕਮਨਾਮੇ ਉੱਥੋਂ ਇੱਦਾਂ ਦੇ? ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਸਰਕਾਰ ਸਾਡਾ ਕੋਈ ਨੁਮਾਇੰਦਾ ਨਹੀਂ, ਸਾਡੀ ਗੱਲ ਨਹੀਂ ਪੁੱਜਦੀ, ਸਰਕਾਰ ਸਾਡੇ ਖਿਲਾਫ਼ ਗੱਲ ਕਰਦੀ। ਅਸੀਂ ਕਹਿੰਦੇ ਸਾਡੇ ਨੁਮਾਇੰਦੇ ਜਾਣ, ਸਰਕਾਰ ਆਪਣੀ ਹੋਵੇ ਤਾਂ ਆਪਣੀ ਗੱਲ ਕਰੇ ਕੋਈ। ਉਹ ਪਿਆਰੇ, ਉਹ ਅਕਾਲ ਤਖ਼ਤ ਦੀ ਇੱਕ ਮਿੰਨੀ ਸੈਕਟਰੀਏਟ ਸਰਕਾਰ ਹੈ, ਸਾਡਾ ਨੁਮਾਇੰਦਾ ਹੈਗਾ ਉੱਥੇ ਕੋਈ? ਆਪਾਂ ਚਾਹੁੰਦੇ ਨਹੀਂ, ਤੁਸੀਂ ਵੀ ਤਾਂ SGPC ਦੇ ਇਲੈਕਸ਼ਨ ਲੜੋ, ਬਣੋ ਤੁਸੀਂ ਵੀ ਸਾਂਭੋ ਪ੍ਰਬੰਧ ਅਕਾਲ ਤਖ਼ਤ ਦਾ। ਸਾਨੂੰ ਤਾਂ ਗੁਰੂ ਰਾਮਦਾਸ ਨੇ ਬਖਸ਼ਿਆ ਸੀ, ਇਹ ਜਲਿਆਂ ਵਾਲਾ ਬਾਗ, ਮੈਂ ਇਤਿਹਾਸ ਨਾਲ ਬਹੁਤਾ ਬੋਲਾਂ, ਇਹ ਸਾਡਾ ਹੀ ਹੈ, ਇਹ ਗੁਰੂ ਰਾਮਦਾਸ ਦਾ ਦਰ ਸਾਡਾ ਦਰ ਹੈ, ਉੱਥੇ ਕੋਈ ਕਬਜ਼ਾ ਨਹੀਂ ਹੋਰ ਕਰ ਸਕਦਾ। ਪਰ ਅਸੀਂ ਹੁਣ ਮੁੱਖ ਮੁੜਲੇ ਦਾ ਕੀ ਹੋ ਸਕਦਾ? ਮੈਂ ਬੇਨਤੀ ਕਰਾਂ,
SGPC ਦਾ ਇਲੈਕਸ਼ਨ ਆ ਰਿਹਾ, ਸਾਬਤ ਸੂਰਤ ਹੋ ਕੇ ਇਲੈਕਸ਼ਨ ਲੜ ਕੇ ਉੱਥੇ ਬੈਠੋ, ਆਪਣੀ ਮਰਜ਼ੀ ਦੇ ਦਿਓ ਹੁਕਮਨਾਮੇ, ਦੇਖਾ ਕੌਣ ਰੋਕਦਾ। ਸੋ ਹਰੇਕ ਮਸਲੇ ਦਾ ਹੱਲ ਹੈ, ਹਰੇਕ ਮਸਲੇ ਦਾ ਹੱਲ ਹੈ। ਸੋ ਸਾਰਿਆਂ ਦਾ ਧੰਨਵਾਦ।